ਵਧੀਆ ਵੈਸੇ ਜੇ ਮੈਂ ਟੱਪੇ ਛਪਾਉਂਦੀ ਅਸੀਂ ਸਪੈਸ਼ਲ ਇੱਥੇ ਆਏ ਆ ਪਹਾੜੀ ਦੇਖਣ ਕਿਉਂਕਿ ਇਹ ਨਾ ਪਹਾੜੀ ਤੇ ਬਹੁਤ ਸਾਰੇ ਬਰਡਸ ਨੇ ਆਪਣਾ ਘਰ ਬਣਾਇਆ ਹੋਇਆ ਆ ਤੇ ਦੇਖੋ ਪਾਣੀ ਦੇ ਵਿੱਚ ਕਿੱਥੇ ਜਾ ਕੇ ਪਹਾੜੀ ਆ ਜਿੱਥੇ ਬਣਾਇਆ ਘਰ ਵੀ ਕੋਈ ਬਿੱਲੀ ਬੁੱਲੀ ਨਾ ਆ ਸਕੇ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੇ ਮਣੀ ਨੇ ਨਾ ਅਸੀਂ ਹੱਸਿਆ ਸੀ ਇਹਦੇ ਵਿੱਚ ਹੀ ਉਹ ਮੈਂ ਸੁਰਮੇ ਵਾਲੀ ਗੱਲ ਕੀਤੀ ਨਾ ਮਣੀ ਨੇ ਕਿਹਾ ਵੀ ਤੁਸੀਂ ਮੰਮੀ ਦੀ ਏਜ ਦਾ ਆਈਡੀਆ ਲਾਇਓ ਲਾਸਟ ਵੀਡੀਓ ਦੇ ਵਿੱਚ ਹਾਂ ਜਿਹੜੀ ਹੁਣ ਪਿੱਛੇ ਪਾਈ ਹੈ ਵੀਡੀਓ ਤੇ ਤੁਸੀਂ ਸਾਰਿਆਂ ਨੇ ਆਪੋ ਆਪਣੇ ਆਈਡੀਆ ਲਾਏ ਆ ਹਨਾ ਤੇ ਬਾਕੀ ਆਪਣਾ 65 to 68 ਵਾਲੇ ਜਿਹੜੇ ਆ ਉਹ ਤੁਸੀਂ ਸਮਝ ਲਓ ਤੁਸੀਂ ਵਿਚਾਰੇ ਜੇ ਹੋ ਹੁਣ ਤੁਸੀਂ ਪੂਰਾ ਵੀ ਨਾ ਮੇਰਾ ਭੇਜ ਲਓ ਥੋੜ੍ਹਾ ਜਿਹਾ ਉੱਥੇ ਮੇਰਾ ਰਹਿਣ ਦਿਓ ਨਾ ਉਹਦੇ ਵਿਚਾਰੇ ਸਾਰੇ ਤੁਸੀਂ ਠੀਕ ਹੋ ਹਨਾ ਤੇ ਬਾਕੀ ਹਰਵਿੰਦਰ ਕੌਰ ਨੇ ਜ਼ਿਲ੍ਹਾ ਸੰਗਰੂਰ ਤੋਂ ਪਿੰਡ ਭਲਵਾਨ ਸ਼ਾਇਦ ਭਲਵਾਨ ਆ ਪਿੰਡ ਤੇ ਉਹ ਲਗਾਤਾਰ ਸਾਡੀਆਂ ਵੀਡੀਓ ਵੇਖਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਲੱਗਦਾ ਜਦੋਂ ਕੋਈ ਮਤਲਬ ਲਗਾਤਾਰ ਜੁੜਦਾ ਨਾਲ ਤੇ ਬਾਕੀ ਆਪਣਾ ਆਪਣੇ ਅੰਕਲ ਦਾ ਵੀ ਲਾ ਲਓ ਮੇਰੇ ਹੀ ਸਾਰੇ ਤੋਂ ਹੀ ਆਈਡੀਆ ਲਾਈ ਜਾਂਦੇ ਹੋ ਅੰਕਲ ਦਾ ਵੀ ਆਦ ਕੇ ਦੱਸਣਾ ਵੀ ਉਹ ਕਿੰਨੇ ਸਾਲਾਂ ਦੇ ਆ ਚਲੋ ਮੇਰੇ ਵੱਲੋਂ ਫੋਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੰਮੀ ਨੂੰ ਦੇਖ ਕੇ ਮੰਮੀ ਓਕੇ ਨੇ ਆ ਗਏ ਬਸ ਠੀਕ ਆ ਅਰਮਾਨ ਰਾਈਸ ਹਾਂ ਲੈ ਵੀ ਲਾ ਲਿਆ ਵਾ ਅੱਛਾ ਉੱਤੇ ਦੀ ਬੁੰਦੀ ਪਾ ਲਈ ਹੁਣ ਗਿਰ ਜਾਂਦੇ ਆ ਫੇਰ ਉੱਥੋਂ ਇਹ ਚੜਦੇ ਆ ਦੁਬਾਰਾ ਕਿਊਟ ਕਿੰਨੇ ਲਾ ਦਿਆ ਕੁਛ ਕਰਦੇ ਫੇਰ ਚੜੂਗੀ ਅੱਛਾ ਐਗ ਦਿਖਾਈ ਮੈਨੂੰ ਬਾਅਦ ਚੋਂ ਅੱਛਾ ਜਿਹੜੇ ਤੈਨੂੰ ਲੱਭੇ ਆ ਲੀਨਾ ਬਾਅਦ ਚੋਂ ਐਕਸ ਦਿਖਾਈ ਫਿਰ ਮੈਨੂੰ ਓਕੇ ਆਉਂਦੀ ਆ ਆ ਗਈ ਮੈਂ ਚੱਲ ਦੱਬੀ ਨਾ ਦੱਬੀ ਨਾ ਪੁੱਤ ਇੱਥੇ ਇਹ ਪਤਾ ਨੀ ਕਿਹੜੇ ਬਰਡ ਦਾ ਨਾ ਜਾਂ ਕਿਹੜੇ ਐਨੀਮਲ ਦਾ ਬਰਡ ਦੇ ਹੁੰਦੇ ਸੱਚੇ ਐਨੀਮਲ ਦੇ ਤਾਂ ਹੁੰਦੇ ਨੀ ਆਹਦੇ ਆਹ ਤੂੰ ਦੱਬਤਾ ਸੀ ਨਾ ਗਲਤੀ ਨਾ ਚਲ ਕੋਈ ਨਹੀਂ ਇਹਦੇ ਕੋਲ ਨੂੰ ਰੱਖ ਦੇ ਇੱਥੇ I'm going to make a nest for it acha it's right here ਠੀਕ ਹੈ ਮਾਂ ਤੇਰਾ ਅੰਕਲ ਅੰਕਲ ਮੁੱਚ ਗਿਆ ਓਏ ਇਹ ਤਾਂ ਪੋਪ ਆਊਟ I almost it, I think it's ready to dino hole
ਨਹੀਂ ਛੇੜਨਾ ਛੇੜਨਾ ਛੇੜੀ ਦੇ ਨਹੀਂ ਉੱਤੇ ਐਕਚੁਅਲੀ ਟੱਚ ਕਰਦੇ ਨਾ ਉਹਨੂੰ ਐਂ ਲੱਗਦਾ ਕਿਸੇ ਹੋਰ ਦਾ ਇੱਕ ਆ ਹੋਰ ਬਰਡ ਦਾ ਕਨਫਿਊਜ਼ ਹੋ ਜਾਂਦੇ ਨੇ ਵੀ ਮੇਰਾ ਇੱਕ ਆ ਕਿ ਇਹ ਕਿਸੇ ਹੋਰ ਬਰਡ ਦਾ ਇੱਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਅੱਜ ਸਵੇਰੇ ਸਵੇਰੇ ਦੀ ਗੁੱਡ ਮਾਰਨਿੰਗ ਅਤੇ ਆਪਾਂ ਮਨਾ ਰਹੇ ਹਾਂ ਬੀਚ ਦੇ ਕੋਲ ਬਿਲਕੁਲ ਇਹ ਬੀਚ ਹੈਗਾ ਫਖਤਾਨੇ ਦਾ ਅੱਜ ਸੁੱਤੀ ਘੁੰਮਣ ਆਏ ਸੀ ਸਾਰੇ ਇਕੱਠੇ ਹੋ ਕੇ ਅਤੇ ਤੁਸੀਂ ਦੇਖ ਹੀ ਰਹੇ ਹੋਗੇ ਕਿਵੇਂ ਖਾਧਾ ਪੀਤਾ ਜਾ ਰਿਹਾ ਕਿਉਂਕਿ ਅਰਾਊਂਡ ਲੰਚ ਟਾਈਮ ਹੋ ਗਿਆ ਸੀ ਸਾਡਾ ਇੱਥੇ ਪਹੁੰਚਦੇ ਹੋਏ ਜੋ ਕਿ ਡੋਰੰਗੇ ਤੋਂ ਬਾਹਲੀ ਦੂਰ ਨਹੀਂ ਹੈਗਾ ਘੰਟੇ ਕੁ ਦਾ ਰਸਤਾ ਆ ਅਤੇ ਫਿਰ ਖਾਣਾ ਪੀਣਾ ਕਰਕੇ ਤਸੱਲੀ ਨਾਲ ਹੁਣ ਅਸੀਂ ਬੀਚ ਦੇ ਪਿੱਛੇ ਘੁੰਮਦੇ ਹਾਂ ਬੱਚੇ ਇੰਜੋਏ ਕਰ ਰਹੇ ਆ ਅਰਮਾਨ ਉੱਤੇ ਲੱਗਿਆ ਹੋਇਆ ਆ ਆਪਣਾ ਫਨ ਸ਼ਨ ਕਰਨ ਅਤੇ ਵੈਰੀ ਨਾਈਸ ਇਨਵਾਇਰਮੈਂਟ ਆ ਕਲਾਊਡੀ ਆ ਅੱਜ ਬੜਾ ਵਧੀਆ ਲੱਗ ਰਿਹਾ ਆ ਕਰ ਲਿਆ ਪੈਕਅਪ ਚਲੋ ਫਿਰ ਅੱਗੇ ਹੁਣ ਬੀਚ ਦੇਖੀਏ ਮੰਮੀ ਮੇਰੇ ਡੈਡੀ ਵੀ ਆਪਣੀ ਤਸੱਲੀ ਕਰਕੇ ਬੈਠੇ ਨੇ ਮੈਨੂੰ ਅਰਮਾਨ ਨੇ ਹੈਲਪ ਕੀਤੀ ਵੀ ਕਿਵੇਂ ਕਰੀਦਾ ਸ਼ੀ ਇਜ਼ ਟਰਾਇੰਗ ਵੈਰੀ ਗੁੱਡ ਲੀਨਾ ਬਸ ਸਿੱਧੇ ਹੀ ਐਵੇਂ ਦੇਖੀ ਨੋ ਨੋ ਬੈਲੈਂਸ 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 ਨਹੀਂ ਹੋਇਆ ਲਾਡੋ ਤੋਂ ਹੈ ਹੁਣ ਅਰਮਾਨ ਵੀ ਲੱਗਿਆ ਕਰਨ ਅਰਮਾਨ ਪਤਾ ਨਹੀਂ ਕਿੰਨੇ ਗੇੜੇ ਕੱਢਦੇ ਇਹਨੇ ਦਾ ਇਹਦੇ ਉੱਤੇ ਕੱਢ ਦੇਗਾ ਮਾਨ ਸਾਰਾ ਕੀੜਾ ਮਨ ਆਪਾਂ ਇੱਦਾਂ ਦੀਆਂ ਬੈਲੈਂਸ ਵਾਲੀਆਂ ਐਕਸਰਸਾਈਜ਼ ਬਹੁਤ ਘੱਟ ਕਰਦੇ ਆ ਨਾ ਉਹਦੇ ਨਾਲ ਫਰਕ ਪੈਂਦਾ ਦੇਖ ਲਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਬੁੱਢੇ ਹੋਣ ਤੱਕ ਵੀ ਕਿਉਂਕਿ ਜ਼ਿਆਦਾਤਰ ਨਹੀਂ ਜਦੋਂ ਆਪਾਂ ਬਜ਼ੁਰਗ ਹੁੰਦੇ ਹਾਂ ਨਾ ਆਪਾਂ ਮਤਲਬ ਕਹਿ ਨਹੀਂ ਦਿੰਦੇ ਵੀ ਬਜ਼ੁਰਗ ਗਿਰ ਗਏ ਆ ਨਾ ਮਾੜੇ ਜਿਹੇ ਉੱਚੇ ਨੀਵੇਂ ਦੇ ਕਿਉਂਕਿ ਆਪਾਂ ਬੈਲੈਂਸ ਵਾਲੀ ਐਕਸਰਸਾਈਜ਼ ਨਹੀਂ ਕੀਤੀ ਹੁੰਦੀ ਅਤੇ ਜੂ ਜੂ ਟਾਈਮ ਨਾਲ ਫਿਰ ਆਪਣਾ ਉਹ ਘੱਟ ਜਾਂਦੀ ਆ ਬੈਲੈਂਸ ਰੱਖਣ ਦੀ ਡਨ ਸਮਾਨ ਸਮੂਨ ਚੱਕ ਲਿਆ ਸਾਰਾ ਆਪਣਾ ਪੈਕਅਪ ਕਰਤਾ ਆ ਚਲੋ ਲੀਨਾ ਚਲੋ ਚਲੋ ਉਹ ਕੱਲੀ ਉੱਧਰ ਨੂੰ ਚਲੀ ਗਈ ਆ ਕਾਰ ਵੱਲ ਚੱਲੇ ਸੀ ਭੱਜ ਗਈ ਉੱਧਰ ਉਹ ਜਾਂਦੀ ਆ ਦੂਰ ਦੌੜੀ ਚਲੋ ਚਲੋ ਲੈ ਜਾਓ ਸਮਾਨ ਅੱਗੇ ਜਾ ਕੇ ਹਲੇ ਸੀ ਵਖਤਾਂ ਨੇ ਸਿਟੀ ਨਹੀਂ ਪਹੁੰਚੇ ਉੱਧਰ ਨੂੰ ਚੱਲੇ ਆ ਇੱਥੋਂ ਖਾ ਪੀ ਕੇ ਤੁਰ ਪਏ ਹਾਂ ਬੱਚਿਆਂ ਨੂੰ ਤਾਂ ਸੈਂਡ ਹੀ ਚਾਹੀਦੀ ਹੁੰਦੀ ਆਦੇ ਉਸਤਦ ਦੇਗਾ ਉਸਤਦ ਆ ਜਾ ਪਲੀਜ਼ ਆ ਜਾ ਹਰੀ ਅਪ ਉਸਤਦ ਕੰਮ ਹਾਂਜੀ ਕੋਈ ਨਹੀਂ ਕੋਈ ਨਹੀਂ ਆ ਜਾਂਦੀ ਆ ਡੈਡੀ ਉੱਥੇ ਨੇ ਮੇਰੇ ਸੂਟ ਦੀ ਸਾਰੀ ਉਹ ਖਰਾਬ ਹੋ ਗਈ ਗ੍ਰੇਸ ਪਰ ਕਿਉਂ ਦੇਖੋ ਹੋਰ ਵੀ ਕਿਸੇ ਨਾਲ ਸ਼ਾਇਦ ਹੁੰਦਾ ਹੋਊਗਾ ਰੰਗ ਇਹਦੇ ਨਾਲ ਦਾ ਜੋ ਮੈਂ ਪਹਿਲਾਂ ਪਾਇਆ ਬੜਿਆ ਨੇ ਦੇਖਿਆ ਹੋਏਗਾ ਹਾਂ ਇਹਦਾ ਤੇ ਆਪਾਂ ਇੱਕ ਵਾਰੀ ਪਾ ਕੇ ਗਏ ਸੀ ਉੱਥੇ ਜਦੋਂ ਕੇ ਪਾ ਸੀ ਗਿਆ ਤੇ ਆਪੇ ਹਵਾ ਨਾਲ ਹੀ ਉੱਡ ਨਾਲ ਹੀ ਆ ਨਾ ਮਹਾਰਾਣਾ ਇਹ ਹੁਣ ਇੰਡੀਆ ਕਿਤੇ ਬੀਮਤੀ ਕਰਾ ਨੂੰ ਮੇਰਾ ਸੂਟ ਹੁਣ ਇੰਡੀਆ ਵਾਪਸ ਲੈ ਕੇ ਜਾ ਆਰਗੰਡੀ ਦੀ ਚੁੰਨੀ ਸੀ ਕਲਰ ਪੱਕਾ ਨਹੀਂ ਚਾੜਿਆ ਆਪਣੇ ਵੱਲੋਂ ਤੇ ਮੈਂ ਉਹਨੂੰ ਪੂਰਾ ਬਈ ਕਿਹਾ ਬੁਟੀਕ ਨੂੰ ਮੈਂ ਕਿਹਾ ਮੇਰਾ ਕਰਵਾ ਦੇ ਤੇ ਉਹ ਕਹਿੰਦੀ ਕਰਵਾ ਦੇ ਮੰਮੀ ਕਹਿੰਦੇ ਚਾਹ ਪੀਤੇ ਬਿਨਾ ਨਹੀਂ ਮੈਂ ਅੱਗੇ ਤੁਰਨਾ ਸਿੱਧੀ ਜਾਣਾ ਹੈਗਾ ਮੈਨੂੰ ਵੀ ਪਲਾਈ ਦਿਓ ਹੁਣ ਰੁਕ ਜਾ ਮੈਂ ਵੀ ਪਾ ਲਾਂ ਤੇ ਮੈਨੂੰ ਵੀ ਜ਼ੁਕਾਮ ਨਹੀਂ ਲੱਗਿਆ ਬਿਲਕੁਲ ਐ ਪਤਾ ਕੀ ਸਾਲੇ ਹੋ ਕੇ ਹਟਿਆ ਚਾਹੁੰਦੇ ਜਾਂਦੇ ਵਿੰਟਰ ਚ ਨਾ ਸਭ ਨੂੰ ਜ਼ੁਕਾਮ ਬੁਖਾਰ ਹੋ ਕੇ ਤੇ ਨੇ ਕੱਲਾ ਗਲਾ ਖਰਾਬ ਹੋ ਰਿਹਾ ਮੈਂ ਨਹੀਂ ਯਾਮ ਤੂੰ ਸੇਵਾ ਦੇ ਆਂ ਅਸੀਂ ਪੀਂਦੇ ਆ ਆ ਫੁੱਲ ਕੌਣ ਲਾ ਗਿਆ ਉਸਤਤ ਲੈ ਫੁੱਲ ਡੰਗ ਗਿਆ ਹੋਲੀ ਚਾਹ ਦੇ ਬੜਾ ਬਸ ਕਰ ਨਾਈਸ ਚਾ ਤੋੜ ਤੋੜ ਕੇ ਲੈ ਆਇਆ ਚਲੋ ਆਪਾਂ ਵੀ ਦੇਖ ਕੇ ਆਈਏ ਕੀ ਆ ਉਧਰ ਲੀਨਾ ਕੋਈ ਨਹੀਂ ਸੋਕੇ ਪੁੱਤੋ ਇੰਜੋਏ ਕਰੋ ਕੋਈ ਨਹੀਂ ਕੱਪੜੇ ਹੀ ਆ ਓ ਮਾਈ ਗੋਡ ਕੋਈ ਨਹੀਂ ਆ ਜਾ
I'm actually not gonna fall down ever again. Mm-hmm. Oh, they really dead. Achha. Oh, oh dekho dada. Oh, sige sari. I'm really tired. Main pani. ਚਾਹ ਪੀ ਕੇ ਆਨੰਦ ਆ ਗਿਆ, ਆਨੰਦ ਤੇ ਇੱਧਰ ਫਿਰ ਮੈਂ ਬੀਚ 'ਤੇ ਆ ਗਈ, ਮੈਂ ਚੱਲ ਮੈਂ ਵੀ ਦੇਖ ਕੇ ਆਵਾਂ ਕੀ ਆ, ਕਿਉਂਕਿ ਬਾਕੀ ਸਾਰੇ ਆਏ ਹੋਏ ਸੀਗੇ ਅਤੇ ਇਟਸ ਬਿਊਟੀਫੁਲ, ਇੰਨਾ ਸੋਹਣਾ ਬੀਚ ਆ ਇੱਧਰ ਦੇਖੋ, ਪਾਣੀ ਦੀਆਂ ਛੱਲਾਂ, 360 ਵਿਊ ਆ, ਹੁਣ ਦੇਖਿਓ ਤੁਸੀਂ ਸਾਰਾ ਘੁੰਮ ਕੇ ਤੁਹਾਨੂੰ ਹਾਨੀ ਆਵੇ, ਆਹ ਸਾਰੀਆਂ ਪਹਾੜੀਆਂ, ਉਹ ਉੱਦਾਂ ਨਹੀਂ ਲੱਗਦੀ ਹੈਗੀ ਪਹਾੜੀ ਜਿਵੇਂ ਉਹ ਕਿ ਨੈਪਚੂਨ ਗ੍ਰਹਿ ਆ, ਉਹਦੇ ਕਲਰਸ ਇੱਦਾਂ ਦੇ ਹੁੰਦੇ ਆ, ਬਰਾਊਨ ਵਿੱਚ ਲਾਈਨਾਂ ਦੀਆਂ, ਬਿਲਕੁਲ ਉੱਦਾਂ ਦੇ, ਬਹੁਤ ਸੋਹਣੀ ਜਗ੍ਹਾ ਇਹ, ਵਕਤਾਨੇ ਪਹੁੰਚੋ ਤਾਂ ਪਹਿਲਾਂ ਹੀ ਆ ਜਾਂਦਾ ਇਹ, ਲਾਈਕ ਐਕਚੁਅਲੀ ਇਹ ਨਾ ਕੈਂਪਿੰਗ ਪਾਰਕ ਆ, ਅਸੀਂ ਉਹਦੇ ਵਿੱਚ ਆ ਕੇ ਖੜ੍ਹ ਗਏ ਸੀਗੇ ਅਤੇ ਉੱਥੇ ਪਿਕਨਿਕ ਮਨਾਈ ਆਪਣੀ, ਅਤੇ ਉਸ ਤੋਂ ਬਾਅਦ ਉਹਦੇ ਪਿੱਛੇ ਬੈਕ 'ਤੇ ਬੀਚ ਲੱਗਦਾ ਆ, ਅਤੇ ਬੱਚੇ ਇੰਜੋਏ ਕਰਨ ਲੱਗੇ ਹੋਏ ਨੇ, ਕਰ ਹੀ ਰਹੇ ਹਾਂ, ਪਰ ਸਾਡੇ ਨਾਲ ਨਾਲ ਨਾ ਇੱਥੇ ਦੇ ਬਰਡਸ ਵੀ ਇੰਜੋਏ ਕਰ ਰਹੇ ਨੇ, ਇੰਨਾ ਸੋਹਣਾ ਉਹਨਾਂ ਨੂੰ ਵੀ ਇਨਵਾਇਰਮੈਂਟ ਮਿਲਿਆ, ਦੇਖੋ ਪਿੱਛੋਂ ਵੱਡੇ ਵੱਡੇ ਸੀਗਲਸ ਨੇ ਇਹ, ਸਮੁੰਦਰ 'ਤੇ ਜਿੱਥੇ ਜਿੱਥੇ ਸਮੁੰਦਰ ਹੋਏਗਾ ਉੱਥੇ ਜ਼ਿਆਦਾਤਰ ਇਹ ਬਰਡ ਮਿਲਦਾ ਆ, ਕਾਫੀ ਹਾਰਡੀ ਬਰਡ ਆ, ਜਿਵੇਂ ਇੰਡੀਆ ਦਾ ਕਾਂ ਬਹੁਤ ਹਾਰਡੀ ਹੁੰਦਾ ਆ, ਅਤੇ ਇਹ ਵੀ ਹੁਣ ਇੰਜੋਏ ਕਰਨ ਲੱਗਿਆ, ਰਿਲੈਕਸ ਹੋ ਕੇ ਜਿਵੇਂ ਟਿੱਕੇ ਬੈਠੇ ਨੇ, ਹੁੰਦੀਆਂ ਤਾਂ ਇਹ ਨਿੱਕੀਆਂ ਨਿੱਕੀਆਂ ਯਾਦਾਂ ਹੀ ਨੇ, ਬਟ ਮੈਂ ਜਿਹੜੀ ਜਗ੍ਹਾ ਤੇ ਖੜਾ ਵਾ ਬਿਲਕੁਲ ਸਾਹਮਣੇ, ਪਿੱਛੇ ਸਾਰੀਆਂ ਪਹਾੜੀਆਂ, ਪਹਾੜੀਆਂ ਦੇ ਉੱਤੇ ਦਰਖਤ ਨੇ, ਥੱਲੇ ਆਪਣੀ ਗੱਡੀ ਖੜੀ ਆ, ਗੱਡੀ ਦੇ ਵਿੱਚ ਮੰਮੀ ਅਤੇ ਮਨੀਸ਼ਾ ਬਿਲਕੁਲ ਡਿੱਗੀ ਦੇ ਵਿੱਚ ਬੈਠੇ ਨੇ, ਇੰਨੀ ਦੂਰੋਂ ਸ਼ਾਇਦ ਕੈਮਰੇ 'ਚ ਨਾ ਦਿਖਦਾ ਹੋਵੇ, ਬੜੇ ਕਿਊਟ ਲੱਗ ਰਿਹਾ ਦੋਨੇ ਬੈਠੇ।
ਬੈਲੈਂਸ ਹੋ ਜਾਊਗਾ ਨਾਲੇ ਬੰਦੇ ਬਰਾਬਰ ਹੋ ਜਾਣਗੇ ਬੰਦੇ ਸਾਰੇ ਬਣਾ ਲੈ ਵਿੱਚ ਵੇਟ ਕਰ ਰਹੇ ਆ ਰੋਟੀ ਡੈਡੀ ਬਾਹਰ ਨੇ ਨਾ ਆ ਜਾਓ ਡੈਡੀ ਮੈਂ ਇੱਧਰ ਦੂਜੀ ਗੱਡੀ ਬਹਿਣਾ ਮੈਂ ਦੂਜੀ ਬਹਿਣੀ ਆ ਚਲੋ ਬਾਏ ਬਾਏ ਆਮ ਸਿਟਿੰਗ ਇਨ ਦ ਮਿਡਲ ਨਾਓ ਪਿੱਛੇ ਦੇ ਘਰ ਰਿਵਰ ਲੰਘਦੀ ਤੇਰਾ ਥੈਂਕ ਯੂ ਚਲੋ ਕਾਫੀ ਇੰਜੋਏ ਕਰ ਲਈ ਇਸ ਤੋਂ ਬੈਟਰ ਲੋਕੇਸ਼ਨ ਕੀ ਹੋ ਸਕਦੀ ਆ ਜਿਹੜੇ ਲੋਕ ਬੋਰਡ ਤੇ ਆਉਂਦੇ ਆ ਨਾ ਉਹ ਉਹਦੇ ਵਿੱਚ ਮਿਡਲ 'ਚ ਜਾਂਦੇ ਹੁੰਦੇ ਜਿਹੜੀਆਂ ਦੋ ਬਾਲਸ ਨਹੀਂ ਹੈਗੀਆਂ ਨਹੀਂ ਨਾ ਉੱਧਰ ਦੇਖ ਪਾਣੀ 'ਚ ਬਹਿਣਾ ਨਹੀਂ ਅੱਛਾ ਥੱਲੇ ਬਹਿਣਾ ਠੀਕ ਆ ਮੈਂ ਕਿਹਾ ਲੋਕੇਸ਼ਨ ਤਾਂ ਆ ਵੀ ਕਹਿ ਦਾ ਹਾਂ ਵੱਖਰਾ ਵੱਖਰਾ ਐਕਸਪੀਰੀਅੰਸ ਆ ਨਾ ਕੋਈ ਕਾਫੀ ਕਰ ਲਿੱਤੀ ਮੈਂ ਉਹ ਹੁਣੇ ਤਾਂ ਪੀਤੀ ਭਾਜੀ ਵੀ ਬਹੁਤ ਸਵਾਦ ਆ ਹਾਂ ਇਹ ਡਰਿੰਕ ਕਾਫੀ ਵੈਰੀ ਗੁੱਡ ਆਈਡੀਆ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੇਰਾ ਫਰੈਂਡ ਆ ਨਾਲ ਉਹਨੇ ਪਹਿਲਾਂ ਪੀਤੀ ਹੋਈ ਆ ਉਹਦੇ ਮੈਂ ਟਰੱਕ 'ਚ ਚਲਾਉਂਦਾ ਰਿਹਾ ਤੇ ਮੈਂ ਕਿਹਾ ਉਹਨੇ ਦੱਸਿਆ ਮੈਨੂੰ ਭਾਜੀ ਆ ਕੀ ਸੀ ਅਸੀਂ ਹੈਗੇ ਆ ਤੇ ਆਪਾਂ ਨੂੰ ਪਤਾ ਲੱਗਿਆ ਰਬੜ ਦੀ ਮੱਚੀ ਹੋਈ ਸਮੈਲ ਬਸ ਪਿੱਛੇ ਆ ਜਾਓ ਤੁਸੀਂ ਵੀ ਲੈ ਹੀ ਆਂਦੀ ਫਿਰ ਹੈ ਅੱਛਾ ਆ ਜਾਓ ਆਏ ਧਿਆਨ ਹਾਂਜੀ ਘੁੰਮਦੇ ਘੁਮਾਉਂਦੇ ਸਫ਼ਰਾਂ ਨੂੰ ਜਾਰੀ ਰੱਖਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਟਾਈਮ ਫਾਕਾ ਟਾਣੇ ਅਰਮਾਨ ਨੇ ਇੱਥੇ ਪਹੁੰਚਦਾ ਸਾਲ ਪੁੱਛਿਆ ਕਹਿੰਦਾ ਹੁਣ ਪਹੁੰਚ ਗਏ ਕਿ ਨਹੀਂ ਮਾਨ ਜੇ ਤੂੰ ਮੇਰੇ ਨਾਲ ਆਏਗਾ ਪੁੱਤ ਫਿਰ ਤੂੰ ਰੁਕਦਾ ਰੁਕਦਾ ਹੀ ਆਏਗਾ ਸਿੱਧਾ ਨਹੀਂ ਆ ਸਕਦਾ ਤੂੰ ਕਿਤੇ ਵੀ ਕਹਿੰਦੇ ਸੀ ਇੱਕ ਘੰਟੇ ਜਾਣੇ ਤਿੰਨ ਘੰਟੇ ਲੱਗ ਗਏ ਰੁਕੇ ਹੋਣੇ ਚਾਹੀਦੇ ਹਾਂ ਬਿਲਕੁਲ ਸ਼ਹਿਰ ਹੈਗਾ ਜੀ ਇਹ ਛੋਟਾ ਜਿਹਾ ਪਰ ਪਾਪੂਲੇਸ਼ਨ ਦੇਖਣ ਨੂੰ ਤਾਂ ਬੜੀ ਸੋਹਣੀ ਲੱਗਦੀ ਆ ਉਹ ਤੇ ਹੈ ਬੜਾ ਪਿਆਰਾ
ਸਾਰਾ ਕੋਸਟ ਲਾਈਨ ਦੇ ਨਾਲ ਨਾਲ ਬਣਿਆ ਹੋਇਆ ਤੇ ਇੱਕ ਬੜੀ ਵਧੀਆ ਚੀਜ਼ ਹੋਈ ਦੋਨੇ ਬੱਚੇ ਤੁਹਾਡੇ ਨਾਲ ਬੈਠੇ ਸੀਗੇ ਸਾਨੂੰ ਸ਼ਾਂਤੀ ਦਾ ਸਾਹ ਮਿਲਿਆ ਲੜੋ ਲੜੋ ਇੱਥੇ ਵੀ ਕਾਫੀ ਕਾਮਨ ਆ ਜਿਹੜੇ ਤਾਂ ਹੈਗੇ ਟੀਨੇਜਰ ਉਹ ਤਾਂ ਬਹੁਤ ਕਰਦੇ ਆ ਸੜਕਾਂ ਤੇ ਹਨਾ ਗੱਡੀਆਂ ਗੁੱਡੀਆਂ ਦੀ ਮਤਲਬ ਡ੍ਰਿਫਟਿੰਗ ਰਾਤ ਨੂੰ ਜਗ੍ਹਾ ਜਗ੍ਹਾ ਤੇ ਸਾਈਨ ਲਾਏ ਹੁੰਦੇ ਆ ਉਹਨਾਂ ਨੇ ਮਤਲਬ ਸਾਈਨ ਸੜਕਾਂ ਤੇ ਬਣਾਏ ਹੁੰਦੇ ਆ ਆਠਾ ਬਣਾਉਂਦੇ ਆ ਹਿਸਾਬ ਹਿਸਾਬ ਕੇ ਬਰਨ ਕੀਤੇ ਤੇ ਆ ਜਿਹੜੇ ਮੋਟਰਸਾਈਕਲ ਵਾਲੇ ਆ ਮੈਂ ਇੰਨੇ ਨਹੀਂ ਦੇਖੇ ਹਲੇ ਪਰ ਇਹ ਵੀ ਹੈਗੇ ਬਹੁਤ ਮਾਰ ਗਿਆ 122 ਉਹ ਹੋਪੀ ਹੈ ਬੱਸ ਵੀ ਚੱਲਦੀ ਹੈ ਤੇ ਬਾਕੀ ਜਗ੍ਹਾ ਬੜੀ ਪਿਆਰੀ ਆ ਇਹ ਮਤਲਬ ਜਿਵੇਂ ਕੋਸਟ ਲਾਈਨ ਦੇ ਨਾਲ ਨਾਲ ਆ ਇੱਧਰ ਆ ਦੇਖੋ ਜਿਵੇਂ ਬੜਾ ਵਧੀਆ ਸੋ ਇੱਥੇ ਬੋਟਸ ਵਗੈਰਾ ਲੈ ਕੇ ਮੈਨੂੰ ਨਾ ਐਕਚੁਅਲੀ ਠੰਡ ਲੱਗ ਨਹੀਂ ਰਹੀ ਡੈਡੀ ਅੱਜ ਜੈਕਟ ਮੈਂ ਲੈ ਕੇ ਆਇਆ ਨਾਲ ਪਰ ਲੋੜ ਨਹੀਂ ਪਈ ਪਾਉਣ ਦੀ ਹੈਨਾ ਸਵੇਰੇ ਸਾਡਾ ਪਲਾਨ ਸੀਗਾ ਸਾਰਿਆਂ ਦਾ ਵੀ ਨੀਲੇ ਕੱਪੜੇ ਪਾ ਕੇ ਆਉਣਾ ਅੱਜ ਸੋ ਹਲਕੀ ਫੁਲਕੀ ਸਾਰਿਆਂ ਦੀ ਮੈਚਿੰਗ ਹੈਗੀ ਵਾ ਅੱਜ ਤੁਸੀਂ ਨੋਟ ਕੀਤਾ ਸਾਰੇ ਨੇ ਅਸੀਂ ਬਲੂ ਕਲਰ ਪਾਇਆ ਕੁਛ ਨਾ ਕੋਈ ਬਲੂ ਪਾਇਆ ਹੋਇਆ ਸਭ ਨੇ ਬਲੂ ਪੱਗਾਂ ਜਾਂ ਬਲੂ ਸਾਨੂੰ ਤਾਂ ਜ਼ਿਆਦਾ ਹੀ ਬਣਾਤਾ ਮੰਮੀ ਦਾ ਉੱਪਰ ਤਾਂ ਇਹਨਾਂ ਦਾ ਬਲੂ ਹੋਏ ਪਏ ਨੇ ਦੇਖ ਇਹਨਾਂ ਨੇ ਆਪ ਤੇ ਕੱਢਣਾ ਹੁੰਦਾ ਮੈਂ ਹੀ ਕੱਢਣੇ ਹੁੰਦੇ ਆ ਪੂਰਾ ਹੀ ਕੱਢਤਾ ਡੈਡੀ ਤਾਂ ਵੀ ਪੂਰਾ ਹੀ ਪਿਆਰ ਇੱਕ ਜੁੱਤੀ ਰਹਿ ਗਈ ਬਲੂ ਕਰਨੀ ਡੈਡੀ ਕੋਟੀ ਲੈਣੀ ਕਰਨੀ ਤੂੰ ਮੇਰੇ ਕੋਲ ਹੈਗੀ ਸਾਰੇ ਨੇ ਅੱਜ ਬਲੂ ਪਾਇਆ ਆ ਕੀ ਕਰ ਰਹੇ ਹੋ ਅੱਛਾ ਲੀਨਾ ਠੰਡ ਲੱਗਦੀ ਆ ਬਈ ਮਣੀ ਕਹਿੰਦੀ ਆ ਤੁਸੀਂ ਦੱਸੋ ਇਹਦੇ ਬਾਰੇ ਬਈ ਇਹ ਇੱਥੇ ਦਾ ਇਨਫੋਰਮੇਸ਼ਨ ਸੈਂਟਰ ਆ ਤੇ ਪਰ ਬੰਦ ਪਿਆ ਨੌਲੇਜ ਨਹੀਂ ਲੈ ਸਕਦੇ ਤੁਸੀਂ ਅੱਜ ਅੱਜ ਬੰਦ ਹੋ ਗਿਆ ਆ ਹੁਣ ਅਸੀਂ ਚੱਲੇ ਆ ਸਿਟੀ ਘੁੰਮਣ ਸ਼ੇਪ ਫੁੱਲਾਂ ਨਾਲ ਦੀ ਸ਼ੇਪ ਬਣਾਇਆ ਏਦਾਂ ਮਾਮਾ ਏਦਾਂ ਏਦਾਂ ਬਣਦੀ ਆ ਇਹਦੀ ਡੈਡਾ ਨੇ ਕਿਵੇਂ ਕੀਤਾ ਸੀ ਦਿਖਾਇਓ ਕਰਕੇ ਕਿਵੇਂ ਕਰਦੇ ਸੀ ਇਧਰਲੇ ਪਾਸੇ ਆ ਨਾ ਫਿਰ ਦਿਖੋ ਤੈਨੂੰ ਅੱਛਾ ਨਾਲ ਉਹ ਵੀ ਦਿਖੂ ਦਿਖਾ ਦਾ ਬਣਾ ਕੇ ਤੁਹਾਡੀ ਬੰਦੀ ਇਦਾਂ ਦੀ ਇਦਾਂ ਦੀ ਉਹ ਆ ਨਾ ਸਕੂਲ ਦਾ ਇਦਾਂ ਆ ਚੰਗਿਆ ਸਾਰੇ ਦੱਸੋ ਆਪਣੀ ਆਪਣੀ ਐਕਸਪਲੇਨੇਸ਼ਨ ਮੰਮੀ ਤੁਹਾਨੂੰ ਕੀ ਲੱਗਦਾ ਕਿਤੇ ਵਰਗੀ ਆ ਮੈਂ ਨਹੀਂ ਇਹ ਕੰਮ ਕਰਨਾ ਮੈਂ ਵਧੀਆ ਲੱਗੂ ਇਦਾਂ ਕਰਦੀ ਬਜ਼ੁਰਗ ਪਹਾੜ ਨੇ ਹਨਾ ਮੰਮੀ ਤੁਹਾਡਾ ਕਿੱਥੇ ਧਿਆਨ ਗਿਆ ਮੇਰਾ ਕਿੱਧਰ ਗਿਆ ਜਿੱਥੇ ਕੁਛ ਸੋਲਦਾ ਹੋਵੇ ਨਾ ਉੱਥੇ ਮੇਰੇ ਜਿਗਰ ਨਹਾਏ ਪਹੁੰਚ ਜਾ ਇਹਦੇ ਵਿੱਚ ਹੁਣ ਇੱਥੇ ਵੀ ਮੈਂ ਕਿਹਾ ਲੋਕ ਵਿਚਾਰੇ ਜਿਹੜੇ ਕਮਿਊਨਿਟੀ ਵਾਲੇ ਹੁੰਦੇ ਆ ਵਿਚਾਰੇ ਗਰੀਬ ਇੱਥੇ ਵੀ ਦੇਖ ਲਓ ਕਈ ਐਂ ਸੁਣਦੇ ਆ ਵਿਚਾਰੇ ਇਹਨਾਂ ਨੂੰ ਘਰ ਨਹੀਂ ਮਿਲਦੇ ਹੈ ਨਾ
ਮਤਲਬ ਵਿਚਾਰਾ ਸੁੱਤਾ ਪਿਆ ਇੱਦਾਂ ਦੇ। ਹਾਂ ਆਪਾਂ ਕਹਿ ਦਿੰਦਾ ਇੰਡੀਆ ਹੀ ਆ, ਆਪਣੇ ਵੀ ਹੈਗਾ ਇੱਥੇ ਸਾਰੇ ਕਿਤੇ ਆ ਜੋ ਕਿਤੇ। ਹਾਂ ਬਾਕੀ ਪਤਾ ਜੜਾ ਦੇਖੋ ਕਿਵੇਂ ਆ ਰਹੀਆਂ ਥੱਲੇ ਨੂੰ ਹੌਲੀ ਹੌਲੀ ਨਾਲ 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 ਨਾਲ। this country who fell in the great war kithe aa le no sab banduk reh gayi dujiyo ganna dada ho bacche wali gann labh gayi ha leena ne dekhni hai leena ka dekhi nahi honi choti ji gann hai par raat ke kinna sona gate jab mata oh fir patthar na girna tum ha safety layi eh sari padi de aale dale kinna vadiya jana sari patthar di ਕਿੰਨਾ ਕੁਝ ਦੇਖਣ ਨੂੰ ਮਿਲਦਾ ਕਾਰਾਂ ਕਿੱਦਾਂ ਦੀਆਂ ਡਿਫਰੈਂਟ ਡਿਫਰੈਂਟ ਰੂਟ ਪੈ ਜਾਓ ਹੁਣ ਵਾਪਸੀ ਦਾ। ਚਲੋ ਅੱਗੇ ਰਸਤਾ ਬੰਦ ਆ ਉੱਧਰ। ਹਾਂ ਇਹ ਸਟਿੱਕਰਸ ਨੇ ਨਿਕਲਿਆ ਬਾਹਰ ਖਾਣ ਤੇ ਜ਼ੋਰ ਦਿਓ ਅੱਜ। ਸਹੀ ਗੱਲ ਆ ਫਿਰ ਬੰਨ ਬਣਾ ਕੇ ਹੁਣ ਖਾਣ ਲੱਗੇ ਆ। ਤੁਸੀਂ ਜੈਮ ਬ੍ਰੈਡ ਆ ਵੀ ਵਖਤਾਂ ਨੇ ਚੀਜ਼ ਜਗ੍ਹਾ ਆ ਕਿੰਨਾ ਸੋਹਣਾ ਵਿਊ ਹੈ ਨਾ ਜੀ ਇੱਥੇ। ਡੈਡੀ ਨੇ ਤਾਂ ਚਾਹ ਕੱਢ ਲਈ ਲੱਗਦੀ ਆ ਹੈਗੀ ਸੀ ਇੰਨੀ। ਮੰਮੀ ਤੁਸੀਂ ਇੱਧਰ ਦੀ ਜਾਓ ਆ ਉੱਤੇ ਛਾਲ ਨਹੀਂ ਪਈ। ਮੈਂ ਖਾ ਰਹੀ ਸੀ ਮੈਂ ਕਿਹਾ ਚੱਲ ਦੇਖ ਤਾਂ ਜਾਨਵਰ ਆ ਗਿਆ ਨਹੀਂ ਮੈਂ ਲੰਘ ਜੂ ਨਹੀਂ ਨਹੀਂ ਲੰਘਿਆ ਨਹੀਂ ਜਾਣਾ। ਆਪਾਂ ਵੀ ਸੋਹਣੀ ਲੋਕੇਸ਼ਨ ਤੇ ਬੈਠੇ ਆ ਨਾ ਕਾਰ ਗਰਮ ਹੋਈ ਵੀ ਉੱਤੇ ਆ ਗਏ ਆਪਾਂ ਬਹਿ ਗਏ ਸਾਰੇ ਜਣੇ। ਲੈ ਮੈਨੂੰ ਵੀ ਦੇ ਕਿੱਦਾਂ ਪਕੌੜਾ ਰਾਤ ਦੀ ਨਾ ਬਣਾਏ ਹੋਏ ਪਕੌੜੇ ਕੰਮ ਆ ਗਏ ਆਪਣੇ। ਮੈਨੂੰ ਤਾਂ ਬ੍ਰੈਡ ਜੈਮ ਬੜਾ ਵਧੀਆ ਲੱਗ ਰਿਹਾ। ਮਨੀਸ਼ਾ ਨੇ ਚੰਗਾ ਦੱਬ ਕੇ ਲਾਇਆ ਨਾ ਜੈਮ ਇੱਕ ਹੋਰ ਬਣਾ ਕੇ ਦਵਾਂ ਤੁਹਾਨੂੰ ਹੋਰ ਕੀ ਚਾਹੀਦਾ ਹੈ। ਚਾਰ ਖਾ ਲੇ ਦੋ ਖਾ ਲੇ ਐਮੀਰ ਕਿਵੇਂ ਲਈ ਫਿਰਦਾ ਆ ਲੈ ਡੰਡੇ ਨਾਲ ਭਜਾਉਂਦਾ ਆ ਉਡਾ ਆਪ ਨਹੀਂ ਜਿੱਡਾ ਡਾਂਗ ਚੱਕੀ ਆ ਮੰਮੀ ਡੈਡੀ ਕਿਵੇਂ ਇਕੱਲੇ ਇਕੱਲੇ ਚਾਹ ਪੀ ਲੈਂਦੇ ਹੋਏ ਨੇ ਲੋਕ ਕੇ ਹੋਰ ਬ੍ਰੈਡ ਖਾ ਰਹੀਆਂ ਬਹੁਤ
ਪਤਾ ਨਹੀਂ ਕਿੰਨੇ ਟਾਈਮ ਬਾਅਦ ਖਾ ਰਹੀਆਂ ਜੈਮ ਬ੍ਰੈਡ। ਤੁਸੀਂ ਤੇ ਦੋਨੇ ਜਣੇ ਅੱਜ ਬ੍ਰੈਡਾਂ ਦੇ ਮਗਰ ਪਏ ਆ। ਨਹੀਂ ਇਹ ਸਿਰ ਤੇ ਆ ਗਿਆ ਸੀ ਮਨੀਸ਼ਾ ਤੇਰੇ, ਆ ਸਿਰ ਤੇ ਬੜ ਜਾ ਮੈਨੂੰ ਨਾ ਦੁੱਖ ਲੱਗ ਗਿਆ। ਉਧਰ ਕੀ ਹੋ ਰਿਹਾ? ਹੱਥ ਧੋਤੇ ਜਾ ਬੈਡ ਬੂਡ ਮੈਂ ਝਾੜ ਦਿੰਦਾ। ਬਰਡਸ ਆ ਜਿਹੜੇ, ਇਹਨਾਂ ਦੇ ਘਰ ਦੇਖ ਕੇ ਆਉਣੇ ਆ ਲੀਨਾ, ਠੀਕ ਹੈ? ਮੰਮੀ ਡੈਡੀ ਨੂੰ ਬੁਲਾ ਲਾ ਸਾਰਿਆਂ ਨੂੰ। ਆ ਗਿਆ ਆ ਗਿਆ, ਅਰਮਾਨ ਵੀ ਆ ਗਿਆ। ਪਾਣੀ ਨੇ ਇੱਕ ਆਕਾਰ ਬਣਾਇਆ ਹੋਇਆ ਆਲ ਦਾਲੇ, ਉਹ ਖੁੱਲ੍ਹਾ ਪਾਣੀ ਮਨ ਗੰਦ ਮੰਦ ਬਾਹਰ ਸਿੱਟ ਦਿੰਦਾ ਦੇਖਿਆ, ਨਾਲ ਨਾਲ ਲੱਕੜਾਂ ਪਾਣੀ ਨੇ ਖਿੱਚ ਕੇ ਕੱਢੀਆਂ ਹੋਈਆਂ ਬਾਹਰ। ਔਰ ਸਮ ਰੀਜ਼ਨ ਨਾ ਮੈਨੂੰ ਆ ਪਹਾੜ ਇੰਨੇ ਕੁ ਵਧੀਆ ਲੱਗ ਰਹੇ ਨੇ, ਮੈਨੂੰ ਐਂ ਲੱਗਦਾ ਵੀ ਖਿੱਚ ਰਹੇ ਨੇ ਮੈਨੂੰ ਆਪਣੇ ਵੱਲ ਨੂੰ ਅਰਮਾਨ। ਅਤੇ ਅਰਮਾਨ ਕਹਿੰਦਾ ਜਿਹੜਾ ਮਸਟ ਬੀ ਅ ਸਪਿਰਿਚੁਅਲ ਕਨੈਕਸ਼ਨ। ਮੈਂ ਪਤਾ ਨਹੀਂ ਕਿਉਂ ਅਰਮਾਨ ਮੇਰਾ ਜੀ ਕਹਿੰਦਾ ਮੈਂ ਜਾ ਕੇ ਇਹਨਾਂ ਨੂੰ ਫੀਲ ਕਰਾਂ। ਉਹਦੇ ਤੁਹਾਡੇ ਤਾਂ ਕਨੈਕਸ਼ਨ, ਮੈਂ ਤਾਂ ਜੀ ਕਹਿੰਦਾ ਮੈਂ ਬਸ ਟ੍ਰੀ ਚੜ ਚੜ ਕੇ ਉੱਥੇ ਟੌਪ ਤੱਕ ਪਹੁੰਚਾਂ, ਤੂੰ ਚੜ ਵੀ ਸਕਦਾ ਅਰਮਾਨ। ਵਾਹਿਗੁਰੂ, ਠੀਕ ਆ। ਪੱਥਰ ਦੇ ਪਹਾੜ ਉੱਤੇ ਤੱਕ ਬਾਕੀ ਯਾਰ, ਜਦੋਂ ਦਾ ਨਾ ਹਾਂਜੀ ਵਾਹਿਗੁਰੂ ਸੋ ਗੁੱਡ। ਦੇਖਿਓ ਮਨੀਸ਼ਾ ਦੇ ਸਿਰ ਚਰਾ ਮਾਰਦੇ ਹੋ, ਗੁੱਸਾ ਗਿਆ ਨਹੀਂ? ਉਹ ਲੈ ਕੁਝ ਇਹੋ ਜਿਹਾ ਹੀ ਹੋ ਗਿਆ, ਬਸ ਕਰ ਇੰਚ ਕੁ ਪਿੱਛੇ ਡੇਗੀ। ਹਾਂ ਸਹੀ ਗੱਲ ਆ, ਮੰਮੀ ਡੈਡੀ ਉੱਤੀ ਬਹਿ ਗਏ ਨੇ, ਇਹ ਅਰਮਾਨ ਨੂੰ ਕੁਝ ਦਿਖਾਉਂਦੇ ਫਿਰਦੇ ਆ, ਨੇਚਰ ਨਾਲ ਉਹਨੂੰ ਜੋੜ ਰਹੇ ਨੇ, ਫੋਟੋਗ੍ਰਾਫੀ ਸਕਿੱਲਸ ਅੱਛਾ ਫੋਟੋਗ੍ਰਾਫੀ ਸਕਿੱਲਸ ਕਰ ਰਹੇ ਨੇ, ਠੀਕ ਆ। ਤੇ ਅਸੀਂ ਸਪੈਸ਼ਲ ਇੱਥੇ ਆਏ ਆ ਪਹਾੜੀ ਦੇਖਣ, ਕਿਉਂਕਿ ਇਹ ਨਾ ਪਹਾੜੀ ਤੇ ਬਹੁਤ ਸਾਰੇ ਬਰਡਸ ਨੇ ਆਪਣਾ ਘਰ ਬਣਾਇਆ ਹੋਇਆ ਆ। ਤੇ ਦੇਖੋ ਪਾਣੀ ਦੇ ਵਿੱਚ ਕਿੱਥੇ ਜਾ ਕੇ ਪਹਾੜੀ ਆ ਜਿੱਥੇ ਬਣਾਇਆ ਘਰ ਵੀ ਕੋਈ ਬਿੱਲੀ ਬੁੱਲੀ ਨਾ ਆ ਸਕੇ, ਉੱਥੇ ਉਹਨਾਂ ਦੀ ਨੈਸਟਿੰਗ ਆ, ਬਰਡਸ ਦੀ ਬੱਚੇ ਹੁੰਦੇ ਆ ਉਹਨਾਂ ਦੇ ਉੱਤੇ। ਤੇ ਬਹੁਤ ਹੀ ਸੋਹਣਾ ਵਿਊ ਆ ਇਹ ਸਾਰਾ ਆਲੇ ਦੁਆਲੇ ਨਾ, 360 ਵਿਊ ਆ ਇਹ। ਆ ਜਾਓ ਸਾਹਿਬ ਜੀ, ਪਿੱਛੇ ਨੇ ਇਹ ਬਹੁਤ ਉੱਧਰ ਫਿਰਦੇ। ਤੇ ਇੱਧਰ ਫਿਸ਼ਿੰਗ ਹੋ ਰਹੀ ਆ, ਲੋਕ ਫਿਸ਼ਿੰਗ ਕਰ ਰਹੇ ਆ, ਕਈ ਤਾਂ ਇੱਥੇ ਸਵੇਰ ਤੋਂ ਸ਼ਾਮ ਕਰ ਦਿੰਦੇ ਆ, ਫਿਰ ਸ਼ਾਇਦ ਕੋਈ ਫਿਸ਼ ਮਿਲ ਜਾਂਦੀ ਹੋਊਗੀ।
ਬੱਚੇ ਕਹਿੰਦੇ ਭੁੱਖ ਲੱਗੀ ਆ, ਇਹ ਨਗਟ ਖਾਣ ਲੱਗੇ ਆ। ਨੀਨਾ ਤੂੰ ਕੀ ਲਿਆ? ਮੈਂ ਹੈਪੀ ਮੀਲ। ਹੈਪੀ ਮੀਲ ਓਕੇ। ਐਂਡ ਉਹਦੇ ਵਿੱਚ ਸਰਪ੍ਰਾਈਜ਼ ਹੋਗਾ। ਹੈ, ਯੂ ਲਾਈਕ ਸਰਪ੍ਰਾਈਜ਼ਸ? ਯਾ, ਆਈ ਡੂ। ਕਿਹੜੇ ਕੀ ਹੋਗਾ ਸਰਪ੍ਰਾਈਜ਼? ਆਈ ਡੋਨਟ ਨੋ। ਆਈ ਡੋਨਟ ਨੋ। ਅਮੂ ਤੇ ਕੀ ਲਾਇਆ? ਸਟicker ਐਂਡ ਵਨ ਹੇਅਰ। ਬੱਲੇ ਬੱਲੇ। ਇਟ ਸੇਜ਼, ਵਾਟ ਡਸ ਇਟ ਸੇ? ਆਈ ਡੋਨਟ ਨੋ। ਕਾਈਂਡਨੈਸ। ਅੱਛਾ, ਤੂੰ ਕਾਈਂਡ ਹੈ। ਯਾ, ਆਈ ਐਮ। ਆਈ ਐਮ।